सब्सक्राइब करो पंजाबी रील टीवी। ट्रेलवी नप दो। नप दो। हेलो जी, माय नेम इज सनमीत सिंह एंड शी इज दिलप्रीत कौर। सत श्री अकाल। गाइस की हाल चाल है ਤੁਹਾਡੇ? ਬਹੁਤ ਵਧੀਆ ਹਾਂ। ਅਸੀਂ ਵੀ ਬਹੁਤ ਵਧੀਆ ਹਾਂ। ਤੇ ਇਦਾਂ ਹੀ ਰੱਬ ਮੇਰ ਰੱਖੇ ਤੁਹਾਡੇ ਤੇ ਚੜ੍ਹਦੀ ਕਲਾ ਰੱਖੇ। ਹਾਂਜੀ। ਇਹ ਮੈਨੂੰ ਕਹਿੰਦੇ ਹੁੰਦੇ ਆ ਵਿਸ਼ ਕਰਿਆ ਕਰੋ ਲੋਕਾਂ ਨੂੰ। ਮੈਂ ਕਿਹਾ ਠੀਕ ਹੈ, ਕਰ ਦਿਆ ਕਰਾਂਗੇ। ਵੈਸੇ ਗੱਲ ਦੱਸਾਂਗਾ ਜੀ ਤੁਹਾਨੂੰ, ਅੱਜ ਮੈਂ ਇੱਕ ਪਹਿਲਾਂ ਸੀਕਰੇਟ ਖੋਲ੍ਹ ਦਿੰਦੇ ਹਾਂ ਆਪਾਂ। ਇਹ ਜਿੰਨੇ ਤੁਹਾਨੂੰ ਭੋਲੇ ਅਤੇ ਮਾਸੂਮ ਲੱਗਦੇ ਨਾ ਚਿਹਰੇ ਤੋਂ, ਇੰਨੇ ਹੈ ਨਹੀਂ ਹੈ। ਠੀਕ ਹੈ, ਇਹ ਮੈਂ ਗੱਲ ਕਲੀਅਰ ਕਰ ਦੇਣਾ ਚਾਹੁੰਦਾ। ਤੁਸੀਂ ਜਿਹੜੇ ਮੈਸੇਜ ਕਰਦੇ ਹੋ ਨਾ ਕਮੈਂਟ ਅੱਡੇ, ਵੱਡੇ ਵੱਡੇ ਭਾਬੀ ਜੀ ਭਾਬੀ ਜੀ ਭਾਬੀ ਜੀ, ਇਹ ਇੰਨੇ ਭੋਲੇ ਹੈ ਨਹੀਂ ਜਿੰਨੇ ਤੁਹਾਨੂੰ ਲੱਗਦੇ। ਜਿਹੜੇ ਜਾਣਦੇ ਉਹਨਾਂ ਨੂੰ ਤਾਂ ਪਤਾ ਮੈਂ ਭੁੱਲ ਗਈ ਹਾਂ। ਕਿਹੜਾ ਜਾਣਦਾ ਆਪਾਂ ਨੂੰ? ਆਪਣੇ ਸਬਸਕ੍ਰਾਈਬਰਸ ਤੋਂ ਬਹੁਤ ਘੱਟ ਲੋਕ ਜਿਹੜੇ ਪਰਸਨਲੀ ਜਾਣਦੇ ਆ। ਚੱਲ ਜਿਹੜੇ ਪਰਸਨਲ ਜਾਣਦੇ ਆ, ਜਿਹੜੇ ਉਹਨਾਂ ਦੀ ਤਾਂ ਆਪਾਂ ਗੱਲ ਹੀ ਨਹੀਂ ਕਰ ਰਹੇ। ਮੈਂ ਕਲੀਅਰ ਤਾਂ ਉਹਨਾਂ ਨੂੰ ਕਰਨਾ ਨਾ ਜਿਨ੍ਹਾਂ ਨੂੰ ਤੁਸੀਂ ਆਪਦੀ ਮਾਸੂਮੀਅਤ ਚਿਹਰਾ ਦਿਖਾ ਕੇ ਲੋਕੇ ਭੋਲੇ ਭਾਲੇ ਲੋਕਾਂ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ। ਐਂਡ ਮੈਂ ਸੱਚੀ ਬੋਲੀ ਹਾਂ, ਜਿਹੜਾ ਬੰਦਾ ਆਪਦੇ ਆਪ ਨੂੰ ਭੋਲਾ ਕਹਿੰਦਾ ਹੁੰਦਾ ਉਹ ਕਦੇ ਨਹੀਂ ਹੁੰਦਾ। ਚੰਗਾ ਜਲਾਕ ਬੜੇ ਕਹਿੰਦਾ। ਸੋ ਗਾਇਜ਼, ਠੀਕ ਹੈ, ਅੱਜ ਦੀ ਵੀਡੀਓ ਸ਼ੁਰੂ ਕਰਾਂਗੇ ਯਾਰ। ਅੱਜ ਦੀ ਵੀਡੀਓ ਹੈਗੀ ਆ ਅਜ਼ਾਨ, ਅਮੇਜ਼ਿੰਗ ਅਜ਼ਾਨ ਇਨ ਇੰਗਲੈਂਡ ਪ੍ਰੋਗਰਾਮ ਰੈਲੀ ਅਨਬਿਲੀਵੇਬਲ। ਠੀਕ ਹੈ, ਇਹ ਟਾਈਟਲ ਹੈ, ਤਾਂ ਹੀ ਉਹਨਾਂ ਨੇ ਪਹਿਲਾਂ ਹੀ ਸੇਟ ਆ ਗਿਆ। ਆਫ ਕੋਰਸ ਯੈਸ, ਬਾਕੀ ਵੀਡੀਓ ਸੁਣਨ ਤੱਕ ਵੀ ਨਹੀਂ। ਹਾਂਜੀ, ਕਿਉਂਕਿ ਇਹ ਇੱਕ ਰਿਲੀਜੀਅਸ ਹੈ, ਦੈਟਸ ਵਾਈ ਕਿ ਇਹਨਾਂ ਨੂੰ ਆਏ ਹੁੰਦਾ ਵੀ ਹਾਂ ਆਪਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਹਰੇਕ ਧਰਮ ਦੀ। ਯਾ, ਡੈਫੀਨੇਟਲੀ। ਸੋ ਵੀਡੀਓ ਕਰਾਂਗੇ ਸ਼ੁਰੂ, ਪਰ ਉਸ ਤੋਂ ਪਹਿਲਾਂ ਮੇਕ ਸ਼ੋਰ ਯਾਰ ਯੂ ਹਿੱਟ ਦਾ ਸਬਸਕ੍ਰਾਈਬ ਬਟਨ ਐਂਡ ਪ੍ਰੈਸ ਦ ਬੈਲ ਆਈਕਨ ਐਸ ਵੈਲ, ਤਾਂ ਜੋ ਨੋਟੀਫਿਕੇਸ਼ਨਸ ਤੁਹਾਡੇ ਫੋਨ 'ਤੇ ਤੁਹਾਨੂੰ ਮਿਲ ਜਾਣ। ਐਂਡ ਵੀਡੀਓ ਕਰਾਂਗੇ ਆਪਾਂ ਸ਼ੁਰੂ, ਲੈਟ ਗੈਟ ਸਟਾਰਟਡ। ਕਿੰਨੀ ਸ਼ਾਂਤੀ ਹੈ। ਹਾਂਜੀ, ਆ
ਇਹ ਸੀ ਅੱਜ ਦੀ ਵੀਡੀਓ ਅਤੇ ਹੁਣ ਤੱਕ ਆਪਾਂ ਜਿੰਨੀਆਂ ਵੀ ਅਜ਼ਾਨ ਸੁਣੀਆਂ ਨਾ ਮੈਨੂੰ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਵਧੀਆ ਅਜ਼ਾਨ ਆਹ ਵਾਲੀ ਲੱਗੀ ਹਾਂਜੀ ਮੈਨੂੰ ਪਹਿਲੀ ਵਾਰੀ ਲੱਗੀ ਸੀ ਪਹਿਲੀ ਵਾਰੀ ਹਾਂ ਜੀ ਅਤੇ ਆਪਣੇ ਕਾਫੀ ਵਿਊਜ਼ ਹੋਇਆ ਜ਼ਿਆਦਾ ਹੋਇਆ ਉਹਦੇ 'ਤੇ ਅਰਾਊਂਡ ਮੇਰੇ ਖਿਆਲ 2-3 million ਵਿਊਜ਼ ਹੋ ਚੁੱਕੇ ਇੰਨੇ ਜ਼ਿਆਦਾ ਹਾਂਜੀ ਤੇ ਹਾਂ ਉਹ ਵੀ ਵਧੀਆ ਸੀ ਉਹ ਆਪਣੀ ਜਗ੍ਹਾ ਵਧੀਆ ਸੀ ਸਾਰੀ ਮਤਲਬ ਵਧੀਆ ਵਧੀਆ ਬਿਲਕੁਲ ਆਫਕੋਰਸ ਸਾਰੀਆਂ ਵਧੀਆ ਬਟ ਇੱਕ ਹੁੰਦਾ ਨਾ ਜੋ ਤੁਹਾਡੇ ਮਨ ਨੂੰ ਛੂਹ ਜਾਂਦੀ ਉਹ ਮੈਂ ਦੱਸ ਦਿੰਦਾ ਵੀ ਅੱਜ ਵਾਲੀ ਮੈਨੂੰ ਵੀਡੀਓ ਕਿਉਂ ਵਧੀਆ ਲੱਗੀ ਜ਼ਿਆਦਾ ਕਿਉਂਕਿ ਇੱਕ ਤਾਂ ਮੈਨੂੰ ਇਹਨਾਂ ਦਾ ਡਰੈਸਅਪ ਬੜਾ ਅੱਛਾ ਲੱਗਾ ਅੱਛਾ ਡਰੈਸਅਪ ਬੜਾ ਇਹਨਾਂ ਨੇ ਵਧੀਆ ਢੰਗ ਨਾਲ ਕੀਤਾ ਵੱਖਰਾ ਜਿਹਾ ਹੈ ਨਾ ਕੁਛ ਹਾਂਜੀ ਐਂਡ ਸੈਕਿੰਡ ਥਿੰਗ ਕਿ ਜਦੋਂ ਇਹ ਅਸੈਂਬਲੀ ਦੇ ਵਿੱਚ ਇੱਕ ਸ਼ਾਇਦ ਕਰ ਰਹੇ ਆ ਇੱਦਾਂ ਅਜ਼ਾਨ ਪੜ੍ਹ ਰਹੇ ਆ ਸਾਰੇ ਜਣੇ ਕਿੰਨੇ ਸ਼ਾਂਤ ਬੈਠੇ ਆ ਚੁੱਪ ਸੀਰੀਅਸ ਹੋ ਗਏ ਹੈ ਨਾ ਵੀ ਇਹਨੂੰ ਸੀਰੀਅਸਲੀ ਲੈ ਰਹੇ ਆ ਅਸੀਂ ਉਹਨੂੰ ਹਾਂਜੀ ਹਾਲਾਂਕਿ ਉਹ ਮੁਸਲਿਮ ਕਮਿਊਨਿਟੀ ਤੋਂ ਬਿਲੋਂਗ ਨਹੀਂ ਕਰਦੇ ਸਾਰੇ ਗੋਰੇ ਆ ਹੈ ਨਾ ਸੋ ਇਹ ਇੱਕ ਚੰਗੀ ਗੱਲ ਐਂਡ ਕਿੰਨੀ ਸ਼ਾਂਤੀ ਆ ਉਹ ਹਾਲ ਦੇ ਵਿੱਚ ਜਦੋਂ ਇਹ ਪੜ੍ਹ ਰਹੇ ਆ ਐਂਡ ਥਰਡਲੀ ਜਦੋਂ ਇਹ ਪਾਊਜ਼ ਲੈ ਰਹੇ ਨਾ ਵਿੱਚ ਪਾਊਜ਼ ਬੜਾ ਸੋਹਣਾ ਪਾਊਜ਼ ਲੈ ਰਿਹਾ ਮਤਲਬ 2-5-7 seconds ਖੜ੍ਹ ਕੇ ਸਾਹ ਲੈ ਕੇ ਫਿਰ ਕੁਦਮ ਉਹ ਪੜ੍ਹ ਰਹੇ ਆ ਉੱਪਰ ਕਿਉਂਕਿ ਇਹ ਬੜਾ ਜ਼ੋਰ ਲੱਗਦਾ ਹੈ ਪੜ੍ਹਨ ਲਈ ਹੈ ਨਾ ਕਿਉਂਕਿ ਇੰਨਾ ਉੱਚਾ ਹਾਂਜੀ ਇਹ ਤਾਂ ਗੱਲ ਹੈਗੀ ਆ ਜਿਹੜੀ ਮੈਨੂੰ ਪਹਿਲੀ ਵੀਡੀਓ ਸੁਣੀ ਸੀ ਨਾ ਉਹ 'ਚ ਨਾ ਮਤਲਬ ਜਦੋਂ ਬੋਲੇ ਮਤਲਬ ਪਤਾ ਨਹੀਂ ਉਹ ਛੂਹ ਗਈ ਸੀ ਮਨ ਨੂੰ ਹਾਂ ਮੇਰੀ ਪਹਿਲੀ ਵਾਲੀ ਉਹਦੇ ਮੇਰਾ ਅੱਜ ਕੱਲ੍ਹ ਅਸੀਂ ਬਸ ਦੇਖੀ ਜਾਵਾਂ ਮਤਲਬ ਮਨ ਸ਼ਾਂਤੀ ਅੰਦਰ ਨਾ ਸ਼ਾਂਤੀ ਜੀ ਮਿਲੀ ਉਹ ਕਿਉਂਕਿ ਆਈ ਸੀ ਨਾ ਜਦੋਂ ਆਪਾਂ ਫਸਟ ਇੰਪ੍ਰੈਸ਼ਨ ਜਿੱਦਾਂ ਹੁੰਦਾ ਉਹ ਪਹਿਲੀ ਵਾਰੀ ਸੁਣਿਆ ਸੀ ਪਹਿਲੀ ਵਾਰ ਸੁਣੀ ਸੀ ਤਾਂ ਕਰਕੇ ਹੈ ਨਾ ਤਾਂ ਕਰਕੇ ਕਿਉਂਕਿ ਆਪਾਂ ਮਤਲਬ ਉਸ ਦਿਨ ਸਮਝ ਵੀ ਨਹੀਂ ਆਈ ਸੀ ਹੈ ਨਾ ਫਿਰ ਵੀ ਕਹਿੰਦੇ ਆ ਵਧੀਆ ਲੱਗੇ ਸੀ ਉਸ ਦਿਨ ਬਟ ਅੱਜ ਵਾਲੀ ਸਾਨੂੰ ਸਮਝ ਲੱਗੀ ਹੈ ਬਿਕੋਜ਼ ਅਸੀਂ ਆਜ਼ਾਦ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖ ਚੁੱਕੇ ਹਾਂ ਅਸੀਂ ਟ੍ਰਾਂਸਲੇਟਡ ਦੇਖੀਆਂ ਹਾਂਜੀ ਨਾਲ ਤੁਸੀਂ ਵੀ ਟ੍ਰਾਂਸਲੇਟ ਕਰਕੇ ਦੱਸਿਆ ਹੈ ਹਾਂ ਅਸੀਂ ਮੀਨਿੰਗ ਸਾਨੂੰ ਪਤਾ ਹੈ ਹੈ ਨਾ ਤਾਂ ਕਰਕੇ ਹੁਣ ਸਾਨੂੰ ਸਮਝ ਲੱਗਦੀ ਹੈ ਪਤਾ ਲੱਗਦਾ ਅਤੇ ਬਟ ਜਿਹੜੇ ਪਹਿਲੀ ਵਾਰੀ ਦੇਖ ਰਹੇ ਆ ਜਾਂ ਆਪਣੀ ਵੀਡੀਓ ਨੂੰ ਉਹਨਾਂ ਨੂੰ ਵੀ ਲੱਗਦਾ ਹੋਣਾ ਉਹਨਾਂ ਨੂੰ ਵੀ ਨਹੀਂ ਸਮਝ ਲੱਗੀ ਹੋਣੀ ਕਈਆਂ ਨੂੰ ਜੋ ਮੁਸਲਿਮ ਕਮਿਊਨਿਟੀ ਤੋਂ ਬਿਲੋਂਗ ਨਹੀਂ ਕਰਦੇ ਅਤੇ ਬਟ ਗਾਈ ਸਾਨੂੰ ਸਮਝ ਲੱਗਾ ਠੀਕ ਕਲੀਅਰ ਕਰਦੀ ਪਹਿਲਾਂ ਹੀ ਸੋ ਅੱਜ ਦੀ ਵੀਡੀਓ ਸੁਣਦਾ ਯਾਰ ਬਹੁਤ ਅੱਛੀ ਲੱਗੀ ਆ ਮੈਨੂੰ ਐਕਚੁਅਲੀ ਆਹ ਡਰੈਸਅਪ ਬਹੁਤ ਅੱਛਾ ਲੱਗਾ ਇਹਨਾਂ ਦਾ ਇੱਕ ਜਿੱਦਾਂ ਹੁੰਦਾ ਨਾ ਪੋਸ਼ ਜਿਹਾ ਲੱਗਾ ਮਤਲਬ ਮੈਂ ਮੇਰੇ ਕੋਲ ਸ਼ਬਦ ਨਹੀਂ ਆ ਰਹੇ ਕਿੱਦਾਂ ਦੱਸਾਂ ਮੈਂ ਬਸ ਮੈਨੂੰ ਵਧੀਆ ਲੱਗਾ ਜਿੱਦਾਂ ਹੁੰਦਾ ਨਾ ਇੱਕ ਸਿੱਧਾ ਡਾਇਰੈਕਟਲੀ ਦਿਲ ਤੋਂ ਉਹ ਚੀਜ਼ ਆ ਵੀ ਬਈ ਮੈਨੂੰ ਵਧੀਆ ਲੱਗਾ ਹਾਂਜੀ ਡਰੈਸਅਪ ਤਾਂ ਮੈਨੂੰ ਵੀ ਵਧੀਆ ਲੱਗਾ ਪਰ ਇਹ ਜਿਹੜੇ ਮਤਲਬ ਧਿਆਨ ਨਾਲ ਸੁਣਦੇ ਇਹ ਨਾ ਅਟਰੈਕਟ ਕਰਨ ਲਈ ਵੀ ਮਤਲਬ ਅੱਛਾ ਬੋਲਣਾ ਮਤਲਬ ਤਾਂ ਹੀ ਲੋਕੀ ਮਤਲਬ ਚੁੱਪ ਕਰਕੇ ਸੁਣ ਰਹੇ ਆ ਅੱਛੇ ਤਰੀਕੇ ਨਾਲ ਬਿਲਕੁਲ ਮਤਲਬ ਉਹ ਅੱਛਾ ਬੋਲ ਰਹੇ ਨੇ ਬੋਲ ਰਹੇ ਆ ਡੈਫੀਨੇਟਲੀ ਕਿਉਂਕਿ ਉਹਨਾਂ ਨੂੰ ਭਾਵੇਂ ਉਹ ਸਮਝ ਨਹੀਂ ਲੱਗ ਰਿਹਾ ਬਟ ਫਿਰ ਵੀ ਉਹ ਆਪਣੀ ਰਿਸਪੈਕਟ ਸ਼ੋ ਕਰ ਰਹੇ ਆ ਕਿ ਹਾਂ ਮਤਲਬ ਕਿ ਸਾਡੇ ਮਨ 'ਚ ਰਿਸਪੈਕਟ ਹੈ ਤੁਹਾਡੇ ਲਈ ਐਂਡ ਅਸੀਂ ਉਹਨੂੰ ਕੰਸਨਟ੍ਰੇਟ ਹੋ ਕੇ ਸੁਣ ਰਹੇ ਹਾਂ ਹੈਨਾ ਹਾਂਜੀ ਵੈਸੇ ਬਾਅਦ ਦੇ ਭਲਾਂ ਦੀ ਟ੍ਰਾਂਸਲੇਟ ਕਰਕੇ ਦੱਸ ਦੇਣ ਹਾਂਜੀ ਨਹੀਂ ਮੈਨੂੰ ਲੱਗਾ ਉਹਨਾਂ ਨੇ ਨਾਲ ਕੁਝ ਦਿੱਤਾ ਹੋਇਆ ਉਹਨਾਂ ਨੂੰ ਕਿ ਫਿਰ ਟ੍ਰਾਂਸਲੇਟ ਵਗੈਰਾ ਨਾਲ ਹੋਵੇ ਦਰਬਾਰ ਸਾਹਿਬ ਵੀ ਦੇਖਿਆ ਬਾਹਰ ਦੇ ਲੋਕ ਨਹੀਂ ਵੀ ਜਿੱਥੇ ਉਹ ਟ੍ਰਾਂਸਲੇਟ ਕਰਦੇ ਆ ਇਹੀ ਕਹਿਣ ਲੱਗੇ ਸੀ ਹਾਂਜੀ ਨਹੀਂ ਉਹਨਾਂ ਕੋਲ ਵੈਸੇ ਉਹਨਾਂ ਕੋਲ ਕੁਝ ਹੁੰਦੇ ਵੀ ਆ ਪੇਜ ਵਗੈਰਾ ਮੈਂ ਕਿਹਾ ਰਿਸਪੈਕਟ ਦੀ ਗੱਲ ਕਰਦੀ ਹਾਂ ਵੀ ਉਹ ਪਾਠ ਆ ਕੇ ਵੀ ਕਰਦੇ ਰਿਸਪੈਕਟ ਵੀ ਕਰਦੇ ਪੂਰੀ ਮਤਲਬ ਇੰਨੇ ਵਧੀਆ ਤਰੀਕੇ ਨਾਲ ਡੈਫੀਨੇਟਲੀ ਗਾਈਜ਼ ਜਿਹੜਾ ਬੰਦਾ ਦੂਜੇ ਦੇ ਧਰਮ ਦੀ ਰਿਸਪੈਕਟ ਕਰਦਾ ਨਾ ਉਹ ਉਹਦੇ ਵਰਗੀ ਰੀਸ ਹੀ ਕੋਈ ਨਹੀਂ ਯਾਰ ਇਸ ਤੋਂ ਪਤਾ ਲੱਗਦਾ ਕਿ ਉਹ ਆਪਣੇ ਧਰਮ ਵਿੱਚ ਪੂਰਾ ਮਤਲਬ ਪਰ ਪੱਕਾ ਪੂਰਾ ਹੈ ਨਾ ਵੀ ਉਹਨੂੰ ਪਤਾ ਹੈ ਵੀ ਮੈਂ ਬਾਕੀਆਂ ਦੀ ਵੀ ਰਿਸਪੈਕਟ ਕਰਨੀ ਆ ਸੋ ਅਜ਼ਾਨ ਸੁਣਨਾ ਬੜਾ ਹੀ ਇੱਕ ਪੀਸਫੁੱਲ ਜਿਹਾ ਲੱਗਦਾ ਬੜਾ ਵਧੀਆ ਲੱਗਦਾ ਸੁਣ ਕੇ ਸ਼ਾਂਤੀ ਮਿਲਦੀ ਆ ਜਿੱਥੇ ਰੱਬ ਦੀ ਉਸਤਤ ਹੁੰਦੀ ਆ ਉਸ ਚੀਜ਼ ਨੂੰ ਆਪਾਂ ਵਧੀਆ ਹੀ ਕਹਿੰਦੇ ਹਾਂ ਹੈ ਨਾ ਜੀ ਐਂਡ ਅੱਜ ਦੀ ਵੀਡੀਓ ਵੀ ਬਹੁਤ ਅੱਛੀ ਸੀ ਤੁਹਾਨੂੰ ਕਿੱਦਾਂ ਲੱਗੀ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ ਅੱਜ ਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਿਲਕੁਲ ਜੀ ਤੇ ਚੈਨਲ ਸਬਸਕ੍ਰਾਈਬ ਹੁਣ ਕਰ ਦਿਓ ਹੁਣੇ ਸਬਸਕ੍ਰਾਈਬ ਕਰਕੇ ਐਂਡ ਥੈਂਕ ਯੂ ਸੋ ਮੱਚ ਸਾਡੇ ਚੈਨਲ ਤੇ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ 500,000 ਸਬਸਕ੍ਰਾਈਬਰਸ ਆਪਣੇ ਪੂਰੇ ਹੋ ਚੁੱਕੇ ਆ ਪਰ ਤੁਸੀਂ ਗਲਤੀ ਨਾਲ 4 ਪਾਤੇ ਸੀ ਨਹੀਂ 5 ਹੀ ਪਾਏ ਸੀ ਉਹ ਕਵਰ ਲੱਗਾ ਹੋਇਆ ਸੀਗਾ ਹਾਂਜੀ ਕਿਉਂ ਉਹ ਕਿਉਂਕਿ ਜਦੋਂ 4 ਹੋਏ ਸੀ ਅਪਡੇਟ ਨਹੀਂ ਕੀਤਾ ਸੀ ਨਾ ਤਾਂ ਕਰਕੇ ਅੱਛਾ ਵਿੱਚ ਵੀਡੀਓ ਮੈਂ ਨਹੀਂ ਖੋਲ ਕੇ ਵੇਖੀ ਸੋ ਗਾਈਜ਼ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਹੈ ਨਾ ਜੀ ਹਾਂਜੀ ਹਾਂਜੀ ਤੇ ਮੈਂ ਦਿਮਾਗ ਉਧਰ ਰਹਿ ਗਿਆ ਬਟ ਕੋਈ ਕਿਉਂਕਿ ਮੈਂ ਵੀਡੀਓ ਖੋਲ ਕੇ ਵੇਖੀ ਨਹੀਂ ਕਿਉਂਕਿ ਮੈਂ ਕਰ ਗਈ ਹੋਈ ਸੀ ਮਤਲਬ ਉਧਰ ਪਿਕ ਗਈ ਹੋਈ ਸੀ ਸੋ ਗਾਈਜ਼ ਇਹ ਸੀ ਅੱਜ ਦੀ ਵੀਡੀਓ ਹੋਪ ਸੋ ਤੁਹਾਨੂੰ ਚੰਗੀ ਲੱਗੀ ਹੋਣੀ ਆ ਹੁਣ ਦੱਸ ਦਿਓ ਨੀਚੇ ਤੇ ਅਸੀਂ ਚੱਲਦੇ ਹਾਂ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਤੇ ਅਸੀਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ
ਤੇ ਚੱਕੀ ਰੱਖੋ ਇੱਦਾਂ ਹੀ ਕੰਮ।